ਸਤਾਈ ਡੀਪੂ ਬੰਦ ਆ ਪੂਰੀਆਂ ਜਿੰਨੀਆਂ ਵੀ ਪੰਜਾਬ ਰੋਡਵੇਜ਼ ਤੇ ਪੀ ਆਰ ਟੀ ਸੀ ਦੀਆਂ ਬੱਸਾਂ ਵਾ ਉਹ ਸਾਰੀਆਂ ਡੀਪੂਆਂ ਦੇ ਵਿੱਚ ਬੰਦ ਆ ਕੋਈ ਵੀ ਰੋਡ ਤੇ ਨਹੀਂ ਚੱਲ ਰਹੀ ਇਹ ਸਾਡੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗਾਂ ਲਟਕਦੀਆਂ ਨੇ ਵਾਰ ਵਾਰ ਸਰਕਾਰ ਟਾਈਮ ਮੰਗਦੀ ਸੀ ਅਸੀਂ ਸਰਕਾਰ ਨੂੰ ਹਰ ਵਾਰ ਟਾਈਮ ਦਿੱਤਾ ਹੁਣ ਵੀ ਜਿਹੜੀ 1 ਅਗਸਤ ਨੂੰ ਪਹਿਲਾਂ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਉਸ ਤੋਂ ਬਾਅਦ 7 ਤਰੀਕ ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਉਹਨਾਂ ਪ੍ਰਪੋਜ਼ਲ ਮੰਗੀ ਅਸੀਂ ਪ੍ਰਪੋਜ਼ਲ ਬਣਾ ਕੇ ਦਿੱਤੀ ਉਹ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੇ ਸਵੀਕਾਰ ਵੀ ਕੀਤੀ ਵੀ ਆਹ ਪ੍ਰਪੋਜ਼ਲ ਜਿਹੜੀ ਉਹ ਕੈਬਨਿਟ ਦੀ ਮੀਟਿੰਗ ਕਰਕੇ ਅਸੀਂ ਪਾਸ ਕਰਾਂਗੇ ਉਸ ਤੋਂ ਬਾਅਦ ਸਾਡੀ ਮੀਟਿੰਗ ਤੋਂ ਬਾਅਦ 2 ਕੈਬਨਿਟ ਦੀਆਂ ਮੀਟਿੰਗਾਂ ਹੋ ਚੁੱਕੀਆਂ ਪਰ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ ਇਸ ਕਰਕੇ ਅਸੀਂ ਅੱਜ ਹੜਤਾਲ 'ਤੇ ਬੈਠੇ ਹਾਂ ਇਸ ਤੋਂ ਬਾਅਦ ਕੱਲ੍ਹ ਨੂੰ ਅਸੀਂ ਚੰਡੀਗੜ੍ਹ ਇਹਨਾਂ ਜਿਹੜਾ ਸੁਸ਼ਮਾ ਫਾਰਮ ਆ ਉੱਥੇ ਪੱਕੇ ਤੌਰ 'ਤੇ ਧਰਨਾ ਲਾਉਣ ਜਾ ਰਹੇ ਹਾਂ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਹੱਲ ਨਾ ਹੋਊਗਾ ਉਹਨਾਂ ਚਿਰ ਇਹ ਜਿਹੜਾ ਧਰਨਾ ਲਗਾਤਾਰ ਚੱਲੂਗਾ ਧਰਨਾ 'ਤੇ ਹੜਤਾਲ ਜਿੰਨਾ ਚਿਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਕਿੰਨੀਆਂ ਬੱਸਾਂ ਬੰਦ ਕੀਤੀਆਂ ਗਈਆਂ ਪੂਰੇ ਪੰਜਾਬ ਸੂਬੇ 'ਚ ਪੂਰੇ ਸੂਬੇ ਦੇ ਵਿੱਚ ਲਗਭਗ 3000 ਦੇ ਲਗਭਗ ਪੀ ਆਰ ਟੀ ਸੀ ਦੇ ਪੰਜਾਬ ਰੋਡਵੇਜ਼ ਦੀਆਂ ਗੱਡੀਆਂ ਜਿਹੜੀਆਂ ਉਹ ਅੱਜ ਬੰਦ ਪਈਆਂ ਨੇ ਅਤੇ ਕਿੰਨੇ ਮੁਲਾਜ਼ਮ ਹਨ ਲਗਭਗ 10000 ਦੇ ਕਰੀਬ ਮੁਲਾਜ਼ਮ ਆ ਕੁਝ ਕੰਟਰੈਕਟ 'ਤੇ ਆ ਕੁਝ ਆਊਟਸੋਰਸ 'ਤੇ ਆ ਲਗਭਗ ਦੋਵਾਂ ਮਹਿਕਮਿਆਂ ਦੇ ਵਿੱਚ ਇੰਨੇ ਮੁਲਾਜ਼ਮ ਆ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ ਬਿਲਕੁਲ ਅਸੀਂ ਪਹਿਲਾਂ ਵੀ ਹੱਥ ਜੋੜ ਕੇ ਪਬਲਿਕ ਤੋਂ ਮਾਫੀ ਮੰਗਦੇ ਹਾਂ ਕਿਉਂਕਿ ਇਹ ਪਬਲਿਕ ਦੀ ਜਿਹੜੀ ਖੱਜਲ ਖਵਾਰ ਹੈ ਸਾਨੂੰ ਕੋਈ ਸ਼ੌਂਕ ਨਹੀਂ ਵੀ ਅਸੀਂ ਇਹ ਬੱਸਾਂ ਬੰਦ ਕਰਕੇ ਆਪਣਾ ਰੁਜ਼ਗਾਰ ਜਿਹੜਾ ਉਹਨੂੰ ਬੰਦ ਕਰਕੇ ਅਸੀਂ ਇੱਦਾਂ ਸੜਕਾਂ 'ਤੇ ਬੈਠੀਏ ਧਰਨਾ ਲਗਾ ਕੇ ਇਹ ਸਾਨੂੰ ਸਰਕਾਰ ਨੇ ਮਜਬੂਰ ਕੀਤਾ ਕਿਉਂਕਿ ਸਰਕਾਰ ਨੇ ਆਹ ਮੰਨਿਆ ਵੀ ਤੁਹਾਡੀਆਂ ਮੰਗਾਂ ਜਾਇਜ਼ ਹੈ 8-10 ਹਜ਼ਾਰ 'ਚ ਘਰਾਂ ਦੇ ਗੁਜ਼ਾਰੇ ਨਹੀਂ ਚੱਲਦੇ ਪਰ ਇਹ ਸਰਕਾਰ ਜੇ ਪਬਲਿਕ ਦੀ ਖੱਜਲ ਖਵਾਰੀ ਨਹੀਂ ਚਾਹੁੰਦੀ ਤਾਂ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਕਰਕੇ ਤਾਂ ਬੱਸਾਂ ਜਿਹੜੀਆਂ ਅਸੀਂ ਤੁਰੰਤ ਚਲਾ ਦਾਂਗੇ ਪਰ ਇਹ ਜਿੰਨੀ ਪਬਲਿਕ ਦੀ ਖੱਜਲ ਖਵਾਰੀ ਹੋ ਰਹੀ ਹੈ ਇਹਦੀ ਸਾਰੀ ਦੀ ਸਾਰੀ ਜ਼ਿੰਮੇਵਾਰ ਸਰਕਾਰ ਹੈ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰਕਾਸ਼ ਸਿੰਘ ਜਲੰਧਰ 1 ਡੀਪੂ ਪੰਜਾਬ ਰੋਡੇ ਪਨ ਬੱਸ ਕੰਟਰੈਕਟਰ ਵਰਕਰ ਯੂਨੀਅਨ ਅੱਜ 6 ਤਰੀਕ ਨੂੰ ਜੋ ਹੜਤਾਲ ਦਾ ਕਾਲ ਦਿੱਤਾ ਸੀ ਅਣਮਿੱਥੇ ਸਮੇਂ ਵਾਸਤੇ ਆ ਰਾਤ 12 ਵਜੇ ਤੋਂ ਹੜਤਾਲ ਸ਼ੁਰੂ ਹੋਇਆ ਸਾਰੀਆਂ ਗੱਡੀਆਂ ਬੰਦ ਆ ਪਨ ਬੱਸ ਅਤੇ ਪੀ ਆਰ ਟੀ ਦੀ ਸਾਂਝੀ ਐਕਸ਼ਨ ਕਮੇਟੀ ਦੇ ਨਾਲ ਜੋ ਅੱਜ ਦਾ ਸੱਦਾ ਸੀ ਔਰ 7 ਤਰੀਕ ਤੋਂ ਜੋ ਪਟਿਆਲੇ ਵਿੱਚ ਮੋਤੀ ਮਹਿਲ ਦਾ ਘਿਰਾਓ ਕਰਨ ਵਾਸਤੇ ਪੱਕਾ ਮੋਰਚਾ ਲਾਉਣ ਵਾਸਤੇ ਜੋ ਤਿਆਰੀਆਂ ਚੱਲ ਰਹੀਆਂ ਕੱਲ੍ਹ ਉੱਥੇ ਲੱਗਣਗੇ ਔਰ ਹੋ ਸਕਦਾ ਕੱਲ੍ਹ 7 ਤਰੀਕ ਨੂੰ ਚੰਡੀਗੜ੍ਹ ਵਿੱਚ ਵੀ ਪਨ ਬੱਸ ਅਤੇ ਪੀ ਆਰ ਟੀ ਦਾ ਜਿਹੜਾ ਸਾਂਝਾ ਮੋਰਚਾ ਜੋ ਵੀ ਉੱਥੇ ਆਪਣਾ ਧਰਨਾ ਲੱਗਾ ਉਹ ਪੱਕਾ ਮੋਰਚਾ ਲੱਗੂਗਾ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਹੁੰਦੀਆਂ ਟੋਟਲ ਕਿੰਨੀਆਂ ਬੱਸਾਂ ਬੰਦ ਕਰੀਆਂ ਟੋਟਲ ਪਨ ਬੱਸ ਟੋਟਲ ਬੰਦ ਆ ਪੀ ਆਰ ਟੀ ਸੀ ਟੋਟਲ ਬੰਦ ਆ ਅਤੇ ਹੁਣ ਗੱਲ ਕੀਤੀ ਜਾਵੇ ਅਗਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਕੱਲ੍ਹ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਹੋ ਫਿਰ ਕੀ ਤੁਹਾਡਾ ਨੈਕਸਟ ਪਲਾਨ ਕੀ ਹੋਊਗਾ ਪਹਿਲੀ ਗੱਲ ਤਾਂ ਸਾਡਾ ਪੱਕਾ ਮੋਰਚਾ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪੱਕਾ ਮੋਰਚਾ ਲੱਗੂਗਾ ਚੰਡੀਗੜ੍ਹ ਪੱਕਾ ਮੋਰਚਾ ਲੱਗੂਗਾ ਉਸ ਤੋਂ ਬਾਅਦ ਜੋ ਸੈਂਟਰ ਬਾਡੀ ਹੁਕਮ ਕਰੂਗੀ ਕੋਈ ਰੋਡ ਜਾਮ ਕਰਨਾ ਕੋਈ ਚੌਂਕ ਜਾਮ ਕਰਨਾ ਜਿੱਥੇ ਵੀ ਜਾਮ ਕਰਾਂਗੇ ਉਹ ਪੱਕਾ ਧਰਨਾ ਹੋਊਗਾ ਮੀਟਿੰਗ ਮਿਲਣ ਤੋਂ ਬਾਅਦ ਵੀ ਜਦ ਤੱਕ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਹ ਧਰਨਾ ਜਿਹੜਾ ਉਹ ਨਹੀਂ ਚੁੱਕਿਆ ਜਾਊਗਾ ਮੀਟਿੰਗਾਂ ਕਾਫੀ ਦੇਰ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਮੀਟਿੰਗਾਂ ਕਰ ਰਹੇ ਹਾਂ ਮੀਟਿੰਗਾਂ ਦਿੱਤੀਆਂ ਜਾਂਦੀਆਂ ਨੇ ਪਰ ਕੀਤੀਆਂ ਨਹੀਂ ਜਾਂਦੀਆਂ ਮੀਟਿੰਗ ਦੇ ਕੇ ਬਾਅਦ ਸਰਕਾਰ ਜਿਹੜੀ ਆ ਉਹ ਭੱਜ ਜਾਂਦੀ ਆ ਅਤੇ ਮੀਟਿੰਗਾਂ ਨਹੀਂ ਕਰਦੀ ਅਤੇ ਹੁਣ ਗੱਲ ਕਰੀਏ ਅੱਜ ਦੇ ਜਿਹੜੇ ਹੁਣ ਹਾਂਜੀ ਪਰੇਸ਼ਾਨੀ ਹੋ ਰਹੀ ਹੈ ਲੋਕਾਂ ਨੂੰ ਹਾਂਜੀ ਹਾਂਜੀ ਇਸ ਪਰੇਸ਼ਾਨੀ ਨੂੰ ਲੈ ਕੇ ਅਸੀਂ ਪਬਲਿਕ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਪਰ ਜੇ ਸਰਕਾਰ ਚਾਹੇ ਤਾਂ ਲੋਕਾਂ ਦੀ ਪਰੇਸ਼ਾਨੀ ਦਾ ਹੱਲ ਕਰ ਸਕਦੇ ਆ ਪਰ ਸਰਕਾਰ ਜਿਹੜੀ ਆ ਚਾਹੁੰਦੀ ਨਹੀਂ ਆ ਅਸੀਂ ਕਿਹੜੇ ਆਪਾਂ ਤੁਸੀਂ ਵੀ ਸਿਆਣੇ ਜੇ ਕਿਸੇ ਨਾਲ ਬੈਠ ਕੇ ਜਿਸ ਦਾ ਸਮਾਂ ਚੱਲਣ ਡਿਆ ਜਿੰਨਾ ਕੁ ਸਾਨੂੰ ਪੈਸੇ ਦਿੱਤੇ ਜਾ ਰਹੇ ਤਨਖਾਹ ਰੁਜ਼ਗਾਰ ਤਾਂ ਪਹਿਲੇ ਨਹੀਂ ਚੱਲ ਰਹੇ ਕਿੰਨੀ ਸੈਲਰੀ ਮਿਲਦੀ 10-12 ਹਜ਼ਾਰ ਰੁਪਏ ਕਿੰਨੀ ਨੇ ਡਿਮਾਂਡ ਕਿੰਨੀ ਤੁਹਾਡੀ ਅਸੀਂ ਸਾਡੀ ਇੱਕੋ ਡਿਮਾਂਡ ਆ ਸਾਨੂੰ ਰੈਗੂਲਰ ਮਹਿਕਮੇ ਵਿੱਚ ਰੈਗੂਲਰ ਕੀਤਾ ਜਾਵੇ ਅਤੇ ਹੋਰ ਕੀ ਡਿਮਾਂਡ ਹੋਰ ਸਾਡੀਆਂ ਡਿਮਾਂਡਾਂ ਇਹ ਆ ਵੀ ਜਿਹੜੀਆਂ ਸਾਨੂੰ ਸਾਡੇ ਬੰਦਿਆਂ ਦੇ ਗਲਤ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਘਰ ਬਾਲਿਆ 2-2 ਸਾਲ ਤੋਂ ਉਹ ਕੰਡੀਸ਼ਨਾਂ ਤੋੜ ਕੇ ਉਹਨਾਂ ਨੂੰ ਬਹਾਲ ਕੀਤਾ ਜਾਵੇ